ਲਗਾਤਾਰ ਜਿਹੜਾ ਹੈਗਾ ਲੌਂਗ ਆਰਡਰ ਖਰਾਬ ਹੈ ਪਤਾਇਆ ਕਿ ਹਰ ਤਨ ਜਿਹੜਾ ਹੈਗਾ ਆ ਇਥੇ ਰੈਮ ਰੇਡਸ ਹੁੰਦੀਆਂ ਹੈਗੀਆਂ ਦੁਕਾਨਾਂ ਭੰਨੀਆਂ ਜਾਂਦੀਆਂ ਹੈਗੀਆਂ ਇਹਦੇ ਨਾਲ ਸ਼ਾਪ ਲਿਫਟਿੰਗ ਜਿਹੜੀ ਹੈਗੀ ਵੱਡੇ ਪੱਧਰ ਤੇ ਹੁੰਦੀ ਹੈਗੀ ਆ ਵੱਡੀ ਚੇਨ ਜਿਹੜੀ ਹੈਗੀ ਵੂਲਵਰਥ ਵੂਲਵਰਥ ਜਿਹੜਾ ਹੈਗਾ ਆ ਹੁਣ ਕਹਿ ਰਿਹਾ ਕਿ ਅਸੀਂ ਪੁਲਿਸ ਆਸਰੇ ਜਿਹੜਾ ਹੈਗਾ ਆ ਆਪਣਾ ਜਿਹੜਾ ਕਾਰੋਬਾਰ ਆ ਉਹ ਨਹੀਂ ਛੱਡ ਸਕਦੇ ਅਸੀਂ ਇਹਦੇ ਵਿੱਚ ਹੁਣ ਜਿਹੜਾ ਹੈਗਾ ਇਨਵੈਸਟਮੈਂਟ ਕਰਾਂਗੇ ਤੇ ਆਪਣੀਆਂ ਚੋਰੀਆਂ ਆਪ ਰੋਕਾਂਗੇ ਕੀ ਹੁਣ ਲਿਆ ਰਹੇ ਆ ਕਿਦਾਂ ਹੋਊਗਾ ਕੀ ਨਵਾਂ ਸਾਕ ਜਿਹੜਾ ਹੈਗਾ ਕੱਢਿਆ ਹੈ ਜਿਹੜਾ ਬੂਲਵਾਰਥ ਆਪਾਂ ਉਹਨੂੰ ਜਾਣਦੇ ਕਾਊਂਟਡਾਊਨ ਕਰਕੇ ਹਮ ਹੁਣ ਉਹ ਕਾਊਂਟਡਾਊਨ ਤੋਂ ਬੂਲਵਾਰਥ ਹੌਲੀ-ਹੌਲੀ ਹੋਣਾ ਸ਼ੁਰੂ ਜਸਪ੍ਰੀਤ ਜੀ ਹੋ ਰਿਹਾ ਕਿ ਟਰੰਗੇ ਵਾਲੇ ਤੇ ਬੂਲਵਾਰਥ ਵਾਲੇ ਸਟਿੱਕਰ ਲੱਗ ਗਿਆ ਹਾਂਜੀ ਸੋ ਹੁਣ ਕੀ ਹੈ ਕਿ ਗੱਲ ਉਹਨਾਂ ਨੇ ਕਿਹਾ ਵੀ ਉਹ ਕਹਿੰਦੇ ਸਾਡੇ ਤਾਂ ਰੋਜ਼ ਆਉਂਦੇ ਆ ਹਮ ਸ਼ੈਲਫ ਭਰ ਕੇ ਟਰਾਲੀ 'ਚ ਭਰ ਕੇ ਲੰਘ ਕੇ ਭੱਜ ਜਾਂਦੇ ਆ ਤੇ ਅਸੀਂ ਪੁਲਿਸ ਨੂੰ ਕਾਲ ਕਰਦੇ ਆ ਸਾਡਾ ਜਿਹੜਾ ਟਾਈਮ ਬੇਸਡ ਹੁੰਦਾ ਹਮ ਸਾਡੇ ਬੰਦਿਆਂ ਨੂੰ ਜਿਹਨੂੰ ਅਸੀਂ ਪੈਸੇ ਦੇ ਰਹੇ ਆ ਇੱਕ ਤਾਂ ਸਾਡਾ ਸਮਾਨ ਲੈ ਕੇ ਲੁੱਟ ਕੇ ਉਹ ਇੱਕ ਜਸਪਰੀ ਜੀ ਉਹ ਕਹਿੰਦੇ ਵੀ ਸਾਡਾ ਜਿਹੜਾ ਕਹਿ ਸਕਦਾ ਕਿ ਕਿਉਂ ਵੀ ਪੱਖੋਂ ਜੀ ਹਾਂਜੀ ਸਿਕਿਉਰਿਟੀ ਪੱਖ ਤੋਂ ਨਹੀਂ ਜਿਹੜੀ ਸਿਕਿਉਰਿਟੀ ਵੀ ਜਿਹੜੇ ਸਾਡੇ ਮੁਲਾਜ਼ਮਾਂ ਨੂੰ ਫਿਰ ਅੱਗੇ ਪੁਲਿਸ ਨੂੰ ਲੈਬੋਰੇਟ ਕਰਨਾ ਪੈਂਦਾ ਹੋਰ ਸਾਰਾ ਕੁਝ ਕਰਨਾ ਪੈਂਦਾ ਉਹ ਸਾਡਾ ਟਾਈਮ ਵੇਸਟ ਹੁੰਦਾ ਕਿਥੇ ਉਹਨੂੰ ਤੁਸੀਂ ਕੰਮ ਕਰਾਉਣਾ ਸੀ ਹੂੰ ਚਲੋ ਇਹ ਇੱਕ ਵੱਖਰਾ ਵਿਸ਼ਾ ਇਹਦੇ ਤੇ ਇੱਕ ਸਵਾਲ ਇਹ ਵੀ ਹੋ ਸਕਦਾ ਵੀ ਜਿਹੜੀ ਅਨਫੋਰਡੇਬਲ ਜਿਹੜੀ ਗਰੋਸਰੀ ਬਣੀ ਹੋਈ ਉਹ ਇੱਕ ਡਿਫਰੈਂਟ ਸਵਾਲ ਆ ਪਰ ਇੱਕ ਕਾਰੋਬਾਰੀ ਦੇ ਤੌਰ ਤੇ ਆਪਾਂ ਪਰਸਪੈਕਟਿਵ ਤੋਂ ਗੱਲ ਕਰਾਂਗੇ ਉਹਦੇ ਵਿੱਚ ਕੀ ਆ ਕਿ ਉਹਨਾਂ ਨੇ ਕਿਹਾ ਵੀ ਹੁਣ ਭਾਈ ਅਸੀਂ ਪੁਲਿਸ ਕੋਲ ਤਾਂ ਹੈਗਾ ਅਸੀਂ ਕਹਿੰਦੇ ਵੀ ਹੁਣ 45 ਮਿਲੀਅਨ ਦੀ ਯੋਜਨਾ ਜਿਹੜੀ ਹੈਗੀ ਕਿ ਬੂਲਵਾਰਥ ਲੈ ਕੇ ਆਈ ਆ 45 ਮਿਲੀਅਨ ਡਾਲਰ ਜਸਪਰੀ ਜੀ ਅਗਲੇ ਜਿਹੜਾ ਹੈਗਾ ਕਿ 2 ਸਾਲਾਂ ਦੇ ਵਿੱਚ ਖਰਚਿਆ ਜਾਣਾਗਾ ਜਿਹਦੇ ਵਿੱਚ ਕੀ ਹੈਗਾ ਕਿ ਇੱਕ ਤਅ ਹੈਗਾ ਕਿ ਉਹਨਾਂ ਦੇ ਪਹਿਲਾਂ ਤਾਂ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਆ ਮੌਕੇ ਤੇ ਵੀ ਤੁਸੀਂ ਟੈਕਲ ਕਿਵੇਂ ਕਰਨਾ ਫਿਰ ਉਹਨਾਂ ਨੂੰ ਵਾਕੀ ਟਾਕੀ ਟਾਈਪ ਇੱਕ ਇੱਕ ਦੂਜੇ ਨਾਲ ਟਾਕੀ ਮੁਲਾਜ਼ਮ ਸਾਰੇ ਇਕੱਠੇ ਹੋ ਜੋ ਉਹ ਦਿੱਤਾ ਜਾਣਾ ਕੁਝ ਉਹਨਾਂ ਨੂੰ ਜਿਹੜੀ ਹੈਗੀ ਕਿ ਆਪਣੀ ਸੇਫਟੀ ਵਾਲੇ ਕੋਈ ਕਮੈਂਟ ਵਗੈਰਾ ਵੀ ਦਿੱਤੇ ਜਾਣੇ ਉਹਦੇ ਚ ਇਹ ਤੋਂ ਇਲਾਵਾ ਜਸਪਰੀ ਜੀ ਵੀ ਟਰੋਲੀ ਲੋਕ ਇਮੀਡੀਏਟ ਜਿਹੜਾ ਹੈਗਾ ਕਿ ਲੱਗ ਜਵੇ ਜਿਹੜਾ ਬਾਹਰ ਲੋਕ ਲੱਗ ਜਵੇ ਸੈਲਫ ਦੇ ਵਿੱਚ ਚੀਜ਼ ਫਾਸ ਜਵੇ ਆਲਰਮ ਹੋ ਜਾਣ ਕੁਝ ਕੈਮਰੇ ਹੋਰ ਜਿਹੜੇ ਲੱਗ ਜਾਣ ਬਾਹਰ ਹਾਈ ਰੈਜ਼ੋਲੂਸ਼ਨ ਕੈਮਰੇ ਲੱਗ ਜਾਣ ਤਾਂ ਕਿ ਕਿੱਧਰ ਨੂੰ ਜਾ ਰਿਹਾ ਕਿਵੇਂ ਆ ਤਾਂ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕੁਝ ਜਿਹੜਾ ਹੈ ਸਿਕਿਉਰਟੀ ਨੂੰ ਹਾਇਰ ਕੀਤਾ ਜਾਣਾ ਇਹੋ ਜੇ ਉਹਨਾਂ ਦੇ ਉੱਤੇ ਉਹ ਕਰਨਾ ਹੈਗਾ ਸੋ ਜਣੀ ਕਿਹਾ ਤੁਹਾਨੂੰ 45 ਮਿਲੀਅਨ ਡਾਲਰ ਆਪਣੇ ਆਪ 2 ਸਾਲਾਂ ਲਈ ਉਹਨਾਂ ਨੇ ਲਾਉਣਾਗਾ ਤਾਂ ਕਿ ਇਸ ਚੀਜ਼ ਨੂੰ ਘਟਾਇਆ ਜਾਵੇ ਤਾਂ ਕਿ ਉਹ ਬੰਦਾ ਜਿਹੜਾ ਕੋਈ ਲੁੱਟ ਕੇ ਸਮਝ ਜਾ ਰਿਹਾ ਉਹ ਬਾਹਰ ਨਾ ਭੱਜ ਸਕੇ ਟਰਾਲੀ ਸਮੇਤ ਜਾਂ ਕਿਸੇ ਹੋਰ ਸਮਾਨ ਸਮੇਤ ਉਹ ਲੋਕ ਲੱਗ ਜਣ ਉਹਦੇ ਸਿਸਟਮ ਦੇ ਵਿੱਚ ਜਿਹੜਾ ਸਾਰਾ ਕੁਝ ਆਜਵੇਂ ਹਮ ਇਹਦੇ ਉੱਤੇ ਤਰ੍ਹਾਂ ਨਹੀਂ ਭਾਜੀ ਗੱਲ ਕੀਤੀ ਜਾਵੇ ਜਿਹੜਾ ਟਰਾਲੀ ਲੋਕ ਹੈਗਾ ਆ ਇਹਦੇ ਉੱਤੇ ਜਿਹੜਾ ਹੈਗਾ ਆ ਇਹਨਾਂ ਨੇ ਟ్రਾਇਲ ਵੀ ਕੀਤਾ ਹੈਗਾ ਆ ਤੇ ਰਿਮੋਟ ਦੇ ਨਾਲ ਜਿਹੜਾ ਹੈਗਾ ਆ ਉਹ ਟਰਾਲੀ ਲੋਕ ਕਰਨੀ ਹੈਗੀ ਆ ਤੇ ਕੈਮਰਿਆਂ ਦੇ ਪੱਖੋਂ ਜਿਹੜਾ ਹੈਗਾ ਆ ਤਾਂ ਕਹਿੰਦੇ ਇਹ ਨਵੀਂ ਇੱਕ ਟੈਕਨੋਲੋਜੀ ਲੈ ਕੇ ਆ ਰਹੇ ਆ ਕਹਿੰਦੇ ਕੈਮਰਾ ਇਦਾਂ ਦੇ ਲਾਉਣੇ ਹੈਗੇ ਅਸੀਂ ਦੇ ਵਿੱਚ ਡਾਟਾਬੇਸ ਵਿੱਚ ਰਹਿਣਾ ਹੈਗਾ ਕਿ ਜਿਹੜਾ ਬੰਦਾ ਪਿਛਲੀ ਵਾਰ ਚੋਰੀ ਕਰਕੇ ਗਿਆ ਹੈਗਾ ਜੇਕਰ ਉਹ ਦੁਬਾਰਾ ਆਉਂਦਾ ਹੈਗਾ ਕਿਸੇ ਵੀ ਕਾਊਂਟਰ ਹਾਂ ਕੇ ਏ ਬੀ ਸੀ ਡੀ ਦੇ ਵਿੱਚ ਹਣਾ ਤੇ ਉਹ ਜਿਹੜਾ ਹੈਗਾ ਬੀਪ ਕਰੂਗਾ ਫਿਰ ਜਿਹੜੇ ਸ਼ਾਪ ਲਿਫਟਿੰਗ ਕਰਦੇ ਹੈਗੇ ਆ ਯਾ ਕਹੀਂ ਆਪਣੇ ਬੰਦੇ ਵੀ ਚੱਕਦੇ ਰਹੇ ਹੈਗੇ ਆ ਹਨਾ ਵੱਡੇ ਵੀ ਬੰਦੇ ਬਣੇ ਨੇ ਤੇ ਉਹ ਸਾਰੇ ਹੁਣ ਇਹਦੇ ਚਪੇੜ ਦੇ ਵਿੱਚ ਆਉਣਗੇ ਫਿਰ ਜੇ ਅਗਲੀ ਵਾਰੀ ਆਉਣਗੇ ਤਾਂ ਕੈਮਰੇ ਪਹਿਲੇ ਬੋਲਣਗੇ ਹਨਾ ਉਹ ਇਹਨਾਂ ਨੇ ਕਿਹਾ ਕਿ ਜਿਹੜਾ ਸੈਲਫ ਕਾਊਂਟਰ ਹੈਗੇ ਨੇ ਉਹਨਾਂ ਦੇ ਉੱਤੇ ਜਿਹੜੇ ਕੈਮਰੇ ਹੈਗੇ ਉਹ ਫਿਰ ਕੰਮ ਕਰਨਗੇ ਤੇ ਡਬਲ ਲੋਕ ਜਿੱਦਾਂ ਆਪਾਂ ਬੈਂਕਾਂ ਦੇ ਵਿੱਚ ਦੇਖਦੇ ਆਂ ਤਰਨਦੀਪ ਉਸ ਹਿਸਾਬ ਨਾਲ ਉਹਨਾਂ ਨੇ ਜਿਹੜੇ ਲੋਕ ਹੈਗੇ ਨੇ ਉਹ ਉਹ ਯਾਦ ਕਰਨੇ ਹੈਗੇ ਕਿਉਂਕਿ ਵੱਡੀਆਂ ਕੰਪਨੀਆਂ ਤਰਨਦੀਪ ਜਿਹੜੀਆਂ ਕੰਪਨੀਆਂ 400 ਮਿਲੀਅਨ ਡਾਲਰ ਜਿਹੜਾ ਹੈਗਾ ਆਪਣੇ ਨਾਮ ਤੇ ਰੀ ਬ੍ਰਾਂਡਿੰਗ ਤੇ ਹਾਂਜੀ ਰੀਪ੍ਰਿੰਟਿੰਗ ਤੇ ਲਾ ਸਕਦੇ ਅਗਲਾ ਕਹਿੰਦੇ 45 ਮਿਲੀਅਨ ਡਾਲਰ ਸਾਡੇ ਵਾਸਤੇ ਬਣਾਫਾ ਹੀ ਬਹੁਤ ਹੈ ਜਸਪਰੀ ਇਸ ਤਰੀਕੇ ਨਾਲ ਗਰੋਸਰੀ ਉਹਨਾਂ ਨੇ ਸਾਨੂੰ ਮਹਿੰਗੀ ਦਿੱਤੀ ਹੈ ਜੀ ਉਹ ਤਾਂ ਹੈਗਾ ਹੀ ਆ ਫਿਰ ਤਰਨਦੀ ਪਰ ਜਿਹੜੀ ਗੱਲ ਹੈਗੀ ਆ ਕਿ ਜੇਕਰ ਮਹਿੰਗਾਈ ਨੂੰ ਦੇਖ ਕੇ ਚੋਰੀਆਂ ਹੋਣੀਆਂ ਹੈਗੀਆਂ ਉਹ ਗਲਤ ਗੱਲ ਆ ਇਹਦਾ ਨਾ ਫਿਰ ਕੱਲ ਨੂੰ ਜਿਹੜਾ ਹੈਗਾ ਹਰੇਕ ਹੀ ਕਹੂਗਾ ਵੀ ਮਹਿੰਗਾਈ ਬਹੁਤ ਵਧ ਗਈ ਮੈਂ ਤਾਂ ਡਾਕਾ ਮਾਰ ਲਿਆ ਹੈਗਾ ਜੀ ਜੀ